ਨਸ਼ਿਆਂ ਦੇ ਮੁੱਦੇ ਤੇ ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਆਵਾਜ਼ ਚੁੱਕਣ ਵਾਲੇ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਇਹ ਫੈਸਲਾ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੱਲੋਂ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਜੀਰਾ ਦੀ ਆਸ਼ਾ ਕੁਮਾਰੀ ਨਾਲ ਮੁਲਾਕਾਤ ਕਰਵਾਈ। ਮੀਟਿੰਗ ਤੋਂ ਬਾਅਦ ਰੰਧਾਵਾ ਨੇ ਕਿਹਾ ਕਿ ਉਹਨਾਂ ਇਹ ਸਾਰਾ ਮਸਲਾ ਸੁਲਝਾ ਲਿਆ ਹੈ ਅਤੇ ਹੁਣ ਸਭ ਕੁਝ ਪੈ ਲਵਾਂਗੇ। ਪਰ ਦੂਜੇ ਪਾਸੇ ਜੀਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਦੀ ਆਸ਼ਾ ਕੁਮਾਰੀ ਨਾਲ ਮੁਲਾਕਾਤ ਹੋਈ ਹੈ ਅਤੇ ਹੁਣ ਇਹ ਸਾਰਾ ਫੈਸਲਾ ਉਹ ਆਪ ਹੀ ਕਰਨਗੇ। ਇਸ ਮੌਕੇ ਆਸ਼ਾ ਕੁਮਾਰੀ ਨੇ ਵੀ ਜੀਰਾ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਸੀਂ ਮਿਲ ਕੇ ਆਏ ਹਾਂ, ਆਪਣਾ ਉਹਨਾਂ ਦੱਸਿਆ, ਸਾਡੀ ਘਰ ਦੀ ਗੱਲ ਆ, ਔਰ ਮੈਡਮ ਪ੍ਰੈਜ਼ੀਡੈਂਟ ਸਾਹਿਬ ਨੇ ਪਹਿਲਾਂ ਵਾਂਗੂ ਪਹਿਲਾਂ ਵੀ ਕੋਈ ਗੱਲ ਨਹੀਂ ਸੀ, ਜਿਹੜੀ ਕੋਈ ਛੋਟੀ ਮੋਟੀ ਗੱਲ ਸੀ ਉਹਨੂੰ ਕਲੈਰੀਫਾਈ ਕਰ ਦਿੱਤਾ, ਔਰ ਇਹ ਪਹਿਲਾਂ ਵਰਗੇ ਹੀ ਸਾਡੇ ਜਿਵੇਂ ਪਹਿਲਾਂ ਸੀ ਉਵੇਂ ਕੰਮ ਕਰ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਤਗੜੇ ਹੋ ਕੇ ਕੰਮ ਕਰੋ ਔਰ ਕਾਂਗਰਸ ਲਈ ਲੜਾਈ ਲੜੋ। ਬਹਾਲੀ ਹੋ ਗਈ ਹੈ ਜ਼ੀਰਾ ਦੀ? ਬਹਾਲੀ ਹੋ ਗਈ ਹੈ ਸਰ, ਔਰ ਜਬ ਮੁਨਕੋ ਮਿਲ ਗਿਆ ਬਹਾਲੀ ਹੈ। ਕੁਲਬੀਰ ਜ਼ੀਰਾ ਪੇ ਐਕਸ਼ਨ ਪੀਸੀਸੀ ਨੇ ਲਿਆ ਹੈ, ਕੁਛ ਸੋਚ ਸਮਝ ਕੇ ਲਿਆ ਹੈ, ਔਰ ਆਫੀਸਰਸ ਕੀ ਬਾਤ ਨਹੀਂ ਹੈ। ਐਮ ਐਲ ਏ ਕਾ ਇੱਕ ਆਪਣਾ ਵੀ, ਮੈਂ ਖੁਦ ਵੀ ਵਿਧਾਇਕ ਹੂੰ, ਇੱਕ ਆਪਣਾ ਵੀ ਇੱਕ ਆਚਰਣ ਹੋਤਾ ਹੈ, ਔਰ ਸਰਕਾਰੀ ਪਲੈਟਫਾਰਮ ਪੇ ਕਿਆ ਆਚਰਣ ਹੋਤਾ ਹੈ ਵੋ ਜ਼ਰੂਰੀ ਹੋਤਾ ਹੈ। ਪਲੈਟਫਾਰਮ ਸਹੀ ਹੋਣਾ ਚਾਹੀਏ, ਬਾਤ ਉਨਕੀ ਵੀ ਸਹੀ ਹੋ ਸਕਤੀ ਹੈ, ਲੇਕਿਨ ਪਲੈਟਫਾਰਮ ਸਹੀ ਹੋਣਾ ਚਾਹੀਏ। ਅਭੀ ਕੋਈ ਅਪੀਲ ਕਾ ਰਾਸਤਾ ਹੈ? ਅਪੀਲ ਤੋ ਹਮੇਸ਼ਾ ਹੀ ਹੋਤੀ ਹੈ, ਹਮਾਰੇ ਪਾਰਟੀ ਕਾ ਬੱਚਾ ਹੈ ਵੋ ਆਪਣੇ ਐਕਸ਼ਨਸ ਕੇ ਲੀਏ ਸੋਰੀ ਫੀਲ ਕਰੇਗਾ, ਤੋ ਆਈ ਐਮ ਸ਼ੋਰ ਕਿ ਪੰਜਾਬ ਪੀ ਸੀ ਸੀ ਉਸਕੇ ਲੀਏ ਅੱਛਾ ਅੱਛੇ ਵੀ ਸੋਚੇਗੀ। ਮੈਮ ਬਲਵਿੰਦਰ ਲਾੜੀ ਹੈ ਹਰਗੋਬਿੰਦਪੁਰ ਸੇ ਵਿਧਾਇਕ, ਵੋ ਕਹਿ ਰਹੇ ਕਿ ਜਲਦ ਹੀ ਪ੍ਰਤਾਪ ਬਾਜਵਾ ਮੁੱਖ ਮੰਤਰੀ ਹੋਣਗੇ, ਜਿਸ ਹਿਸਾਬ ਸੇ ਇਲਾਕਾਮਾਨ ਕੇ ਸਾਹਮਣੇ ਪੰਜਾਬ ਕੇ ਮੁੱਦੇ ਉਠਾ ਰਹੇ ਹੈਂ। ਹਰੇਕ ਕਾ ਆਪਣਾ ਚੋਇਸ ਹੋ ਸਕਤਾ ਹੈ, ਪਰ ਆਜ ਕੀ ਤਾਰੀਖ ਮੇਂ ਕੈਪਟਨ ਅਮਰਿੰਦਰ ਸਿੰਘ ਹੈ ਔਰ ਅਭੀ ਉਨਕੇ ਬਦਲਨੇ ਕਾ ਕੋਈ ਪ੍ਰਸ਼ਨ ਨਹੀਂ ਉੱਠਤਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।